ਯਾਰ ਅਸੀਂ ਉਹ ਲੋਕ ਜਿਨ੍ਹਾਂ ਨੇ ਇਸ ਦੇਸ਼ ਨੂੰ ਯਾਦ ਕਰਵਾਉਣ ਦੇ ਵਿੱਚ ਸਾਡੇ ਪੁਰਖੇ ਲਾਭ ਮਿਸਾਲ ਕੁਰਬਾਨੀਆਂ ਕਰ ਗਏ ਅਤੇ ਅੱਜ ਉਸੇ ਦੇਸ਼ ਦੇ ਅੰਦਰ ਸਾਡੇ ਬਾਬੇ ਨਾਨਕ ਦੇ ਸਥਾਨਾਂ ਨੂੰ ਢਾਇਆ ਜਾ ਰਿਹਾ। ਮੰਗੂ ਮੱਠ ਗੁਰਦੁਆਰਾ ਜਿੱਥੇ ਅਸਥਾਨ ਢਾਇਆ ਗਿਆ ਮੰਗੂ ਮੱਠ, ਆਰਤੀ ਸਾਹਿਬ ਕਵਾਂਗੇ ਕਿਉਂਕਿ ਗੁਰੂ ਨਾਨਕ ਸਾਹਿਬ ਲੰਬਾ ਸਮਾਂ ਉੱਥੇ ਰਹੇ ਬ੍ਰਾਹਮਣ ਦੀ। ਇਹ ਸਾਰੀ ਬਰੀਫਿੰਗ ਤੋਂ ਬਾਅਦ ਜਿਹੜਾ ਮੰਗੂ ਮੱਠ ਢਾਇਆ ਗਿਆ ਉਹ ਦੁਬਾਰਾ ਉਹੀ ਜਗ੍ਹਾ ਉਹ ਸਿੱਖ ਕੌਮ ਨੂੰ ਸੌਂਪੀ ਜਾਵੇ ਜਿਹੜੀ ਉਹਨਾਂ ਨੇ ਆਪਣੇ ਓ ਐੱਸ ਡੀ ਨੂੰ ਪੀ ਏ ਨੂੰ ਨੋਟ ਕਰਾਈ, ਏ ਡੀ ਸੀ ਨੂੰ ਨੋਟ ਕਰਾਤਾ। ਸੈਕਿੰਡ ਡਿਮਾਂਡ ਸਾਡੀ ਸੀਗੀ ਜਿਹੜਾ ਬੌਲੀ ਮੱਠ, ਗੁਰਦੁਆਰਾ ਬੌਲੀ ਮੱਠ ਸਾਹਿਬ ਆ, ਬਾਕੀ ਏਰੀਏ ਦੇ ਵਿੱਚ ਸਾਰਾ ਪਾਣੀ ਜਿਹੜਾ ਉਹ ਖਾਰਾ, ਸਿਰਫ ਗੁਰੂ ਨਾਨਕ ਸਾਹਿਬ ਦੀ ਕਿਰਪਾ 38 ਪੌੜੀਆਂ ਉਤਰ ਕੇ ਰਾਤ ਆਪਾਂ ਜਾ ਕੇ ਆਏ ਹਾਂ, ਐਂਡ ਉਹ ਬੌਲੀ ਮੱਠ ਦਾ ਪਾਣੀ ਮਿੱਠਾ। ਉਹ ਬੌਲੀ ਨੂੰ ਜਿਹੜਾ ਇਹ ਕੋਰੀਡੋਰ ਬਣਾ ਰਹੇ ਆ ਦਰਿਆ ਤੋਂ ਸਿੱਧਾ ਜਗਨਨਾਥ ਮੰਦਿਰ ਤੱਕ, ਸਾਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਵੀ ਉਸ ਪਲੈਨਿੰਗ ਦੇ ਵਿੱਚ ਬੌਲੀ ਮੱਠ ਵੀ ਇਹਨਾਂ ਨੇ ਢਾ ਦੇਣਾ। ਅਸੀਂ ਉਹ ਰਿਕੁਐਸਟ ਕੀਤੀ ਹੈ ਬੌਲੀ ਮੱਠ ਢਾਇਆ ਨਾ ਜਾਵੇ, ਥੋੜ੍ਹਾ ਜਿਹਾ ਜਿਹੜਾ ਉਸ ਪਲੈਨ ਦੇ ਵਿੱਚ ਅਮੈਂਡਮੈਂਟ ਐਡੀਟਿੰਗ ਕਰ ਲਈ ਜਾਵੇ ਤਾਂ ਜੋ ਜਿਹੜੀ ਰੋਡ ਆ ਥੋੜ੍ਹੀ ਜਿਹੀ ਉਹ ਤੋਂ ਹਟ ਕੇ ਬੌਲੀ ਮੱਠ ਸਾਹਿਬ ਉਸੇ ਤਰੀਕੇ। ਤੀਜੀ ਜਿਹੜੀ ਡਿਮਾਂਡ ਨੋਟ ਡਾਊਨ ਕੀਤੀ ਉਹਨਾਂ ਨੇ ਉਹ ਹੈਗੀ ਆ ਨਾਨਕ ਮੱਠ, ਜਿਹਨੂੰ ਹੁਣ ਇਹਨਾਂ ਨੇ ਪੰਜਾਬੀ ਮੱਠ ਦਾ ਨਾਮ ਦੇ ਤਾ। ਉਹ ਜਗ੍ਹਾ ਦੇ ਵਿੱਚ ਇਹਨਾਂ ਨੇ ਪੁਲਿਸ ਨੀਮ ਫੌਜੀ ਦਸਤੇ ਬਿਠਾਏ ਹੋਏ ਆ। ਕੱਲ੍ਹ ਤੁਹਾਡੀ ਹਾਜ਼ਰੀ ਦੇ ਵਿੱਚ ਸਾਨੂੰ ਵੀ ਜਾਣ ਨਹੀਂ ਦਿੱਤਾ, ਅਸੀਂ ਰੋਸ ਪ੍ਰਗਟ ਕੀਤਾ ਵੀ ਸਾਨੂੰ ਕਿਉਂ ਰੋਕਦੇ ਆ, ਕਹਿੰਦੇ ਜੀ ਉਹ ਅਸੀਂ ਚੈੱਕ ਕਰਦੇ ਹਾਂ, ਉਹਨੂੰ ਢਾਇਆ ਨਾ ਜਾਵੇ, ਸੁੰਦਰੀਕਰਨ ਦੇ ਨਾਮ ਦੇ ਉੱਤੇ ਉਹਨੂੰ ਬਿਊਟੀਫੁੱਲ ਕੀਤਾ ਜਾਵੇ ਪਰ ਉਹਨੂੰ ਗਰਾਇਆ ਨਾ ਜਾਵੇ। ਐਂਡ ਗਵਰਨਰ ਸਾਹਿਬ ਨੇ ਇਸ ਗੱਲ ਨੂੰ ਲੈ ਕੇ ਬੜੀ ਬੜੀ ਸੁਹਿਰਤਾ ਦਿਖਾਈ ਹੈ। ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਵੀ ਪੰਜਾਬੀ ਕੌਮ ਦਾ ਬੱਚਾ ਹੀ ਹੈਗਾ, ਮਤਲਬ ਬਹੁਤ ਸੁੰਦਰ ਸ਼ਬਦਾਂ ਦੇ ਵਿੱਚ। ਐਂਡ ਉਹਨਾਂ ਨੇ ਇਨਸ਼ੋਰ ਕੀਤਾ ਵੀ ਅਸੀਂ ਮੇਰੇ ਵੱਲੋਂ ਐਜ਼ ਗਵਰਨਰ ਜੋ ਮੈਕਸੀਮਮ ਹੋ ਸਕੂਗਾ ਮੈਂ ਉਹ ਲਾਜ਼ਮੀ ਕਰੂੰਗਾ। ਸੋ ਐਟੀਟਿਊਡ ਬੜਾ ਹਾਂ ਪੱਕੀ ਸੀਗਾ। ਮੈਂ ਉੜੀਆ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਜਦੋਂ ਆਪਾਂ ਉੱਥੇ ਗਏ ਹਾਂ ਤਾਂ ਬਹੁਤ ਸਾਰੇ ਉੜੀਆ ਲੋਕਾਂ ਨੇ ਮੇਰਾ ਖਿਆਲ ਸਾਡੇ ਨਾਲੋਂ ਵੀ ਗੁਰੂ ਨਾਨਕ ਸਾਹਿਬ ਨੂੰ ਇੰਨੀ ਸ਼ਰਧਾ ਦਿਖਾਈ ਹੈ ਸਿਰ ਝੁਕਦਾ। ਅਤੇ ਬੈਂਸ ਸਾਹਿਬ ਹੁਣ ਗਵਰਨਰ ਸਾਹਿਬ ਦੇ ਜਿਹਨੇ ਚੀਜ਼ਾਂ ਉਹਨਾਂ ਨੇ ਨੋਟ ਡਾਊਨ ਕੀਤੀਆਂ ਨੇ, ਪਿੰਨ ਡਾਊਨ ਕੀਤੀਆਂ ਨੇ, ਉਸ ਤੋਂ ਬਾਅਦ ਹੁਣ ਜਦੋਂ ਪੰਜਾਬ ਪਹੁੰਚੋਗੇ ਕੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ? ਗਵਰਨਰ ਸਾਹਿਬ ਨੇ ਨਾਲ ਇਹ ਵੀ ਕਿਹਾ ਵੀ ਜਿਹੜੇ ਤੁਹਾਡੀ ਕਮਿਊਨਿਟੀ ਦੇ MLAs MPs ਕੇਂਦਰ ਦੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਅਸੀਂ ਇਹ ਵੀ ਕਹਾਂਗੇ ਜਿੰਨੀਆਂ ਧਾਰਮਿਕ ਜਥੇਬੰਦੀਆਂ ਮੈਂ ਵੀ ਅਪਰੋਚ ਕਰੂੰਗਾ ਕਿ ਅਸੀਂ ਉਹਨਾਂ ਨੂੰ ਕਹੀਏ ਵੀ ਤੁਸੀਂ ਲੋਕ ਸਭਾ ਦੇ ਵਿੱਚ ਇਹ ਇਸ਼ੂ ਨੂੰ ਚੰਗੇ ਵਧੀਆ ਤਰੀਕੇ ਢੰਗ ਨਾਲ ਉਠਾਓ ਤਾਂ ਜੋ ਮੰਗੂ ਮੱਠ ਤੋਂ ਬਾਅਦ ਦੇਸ਼ ਅੰਦਰ ਕੋਈ ਹੋਰ ਇਸ ਤਰੀਕੇ ਦੀ ਮਾੜੀ ਘਟਨਾ ਵਾਪਰ ਨਾ ਸਕੇ ਅਤੇ ਮੰਗੂ ਮੱਠ ਦੀ ਜਿਹੜੀ ਜ਼ਮੀਨ ਹੈਗੀ ਆ ਵਾਪਸ ਉਹ ਗੁਰੂ ਘਰ ਦੇ ਰੂਪ ਦੇ ਵਿੱਚ ਉੱਥੇ ਗੁਰਦੁਆਰਾ ਆਰਤੀ ਸਾਹਿਬ ਜਿਹੜਾ ਉਹ ਸੁਸ਼ੋਭਿਤ ਹੋਣਾ ਚਾਹੀਦਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਰਤੀ ਮੈਂ ਦੱਸ ਰਿਹਾ ਸੀ ਮੈਂ ਗੁਰਨਾਨਕ ਸਾਹਿਬ ਨੂੰ ਦੱਸ ਕੇ ਆਇਆ ਵੀ ਬਲਰਾਜ ਸਾਹਨੀ ਬੜੇ ਉੱਘੇ ਰਾਈਟਰ ਹੋਏ ਆ, ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਰਿਹਾ ਚੰਗੀਆਂ ਫਿਲਮਾਂ ਦੇ ਵਿੱਚ। ਉਹਨਾਂ ਨੇ ਨੈਸ਼ਨਲ ਐਂਥਮ ਲਿਖਣ ਵਾਲੇ ਰਵਿੰਦਰ ਨਾਥ ਟੈਗੋਰ ਨੇ ਇੱਕ ਵਾਰੀ ਕਿਹਾ ਸੀ ਵੀ ਤੁਸੀਂ ਇੰਟਰਨੈਸ਼ਨਲ ਐਂਥਮ ਲਿਖ ਦਿਓ, ਮੈਂ ਗੁਰਨਾਨਕ ਸਾਹਿਬ ਨੂੰ ਦੱਸ ਕੇ, ਮੈਂ ਉਹਨਾਂ ਨੇ ਮੂਹਰਿਓਂ ਜਵਾਬ ਦਿੱਤਾ ਸੀ ਵੀ ਇਹ ਇੰਟਰਨੈਸ਼ਨਲ ਐਂਥਮ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਆਰਤੀ ਦੇ ਰੂਪ 'ਚ ਲਿਖ ਗਏ ਆ ਪੁਰੀ ਦੀ ਧਰਤੀ 'ਤੇ। ਸੋ ਪਵਿੱਤਰ ਜਗ੍ਹਾ ਹੈਗੀ ਆ, ਮਤਲਬ ਉਹ ਤਾਂ ਸਾਡੀ ਦੇਸ਼ ਦੀ ਇੱਕ ਮਹਾਨਤਾ ਵੱਧਦੀ, ਇੱਕ ਪਾਸੇ ਜਗਨਨਾਥ ਮੰਦਰ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ, ਇਹ ਮਹਾਨਤਾ ਹੈ। ਦਰਬਾਰ ਸਾਹਿਬ ਦੇ ਪਾਰ ਸ਼ਨੀ ਮੰਦਰ, ਕਾਲੀ ਮਾਤਾ ਮੰਦਰ, ਉਦਾਸੀ ਮੱਠ, ਇਹ ਸਾਡੀ ਅਨੇਕਤਾ ਦੇ ਵਿੱਚ ਏਕਤਾ, ਵੱਖ ਵੱਖ ਦੇਵੀ ਦੇਵਤਿਆਂ ਨੂੰ ਮੰਨਣ ਵਾਲੀ ਜਿਹੜੀ ਸਾਡੀ ਸੋਚ ਹੈ ਨਾ ਉਹ ਪੂਰੀ ਦੁਨੀਆ 'ਚ ਵੱਸਦੇ ਲੋਕਾਂ ਨੂੰ ਕਾਇਲ ਕਰਦੀ ਹੈ। ਸੋ ਉਹਦੇ ਉੱਤੇ ਪਹਿਰਾ ਦੇਣ ਲਈ ਅਸੀਂ ਰਿਕੁਐਸਟ ਕੀਤੀ। ਬੈਂਸ ਸਾਹਿਬ ਤੁਸੀਂ ਗਵਰਨਰ ਨੂੰ ਮਿਲ ਕੇ ਆਏ ਹੋ,
ਸਾਰੀਆਂ ਗੱਲਾਂ ਕੀਤੀਆਂ, ਭਰੋਸਾ ਲਿੱਤਾ ਹੈ। ਤਾਂ ਕਮਾਲ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਆਉਂਦੀ ਹੈ ਤਾਂ ਹਰਜਾਪ ਸਿੰਘ ਮੈਂਬਰ ਉਹਨਾਂ ਦੇ ਤੁਹਾਡੇ ਮੈਂਬਰ ਨੇ, ਉਹ ਆ ਕੇ ਕਹਿ ਕੇ ਜਾਂਦੇ ਨੇ ਕਿ ਮੰਗੂ ਮੱਠ ਨਾਲ ਗੁਰੂ ਨਾਨਕ ਸਾਹਿਬ ਦਾ ਕੋਈ ਸੰਬੰਧ ਨਹੀਂ ਹੈ। ਇੱਥੋਂ ਦੇ ਸਥਾਨਕ ਸਿੱਖਾਂ ਦਾ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਹੈ, ਉਹਦੇ ਆਗੂ ਜਿਹੜੇ ਨੇ ਉਹ ਵੀ ਕਹਿੰਦੇ ਨੇ ਉਹ ਸਰਕਾਰ ਦੀ ਬੋਲੀ ਬੋਲਦੇ ਨੇ। ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਥਾਨਕ ਪਤਾ ਲੱਗਿਆ ਕਿ ਕਾਂਗਰਸ ਦਾ ਵੀ ਇੱਕ MLA ਪ੍ਰਧਾਨ ਸਿੱਖ ਰਿਹਾ। ਤੁਸੀਂ ਮੇਰੀ ਇੱਕ ਗੱਲ ਮਤਲਬ ਤੁਸੀਂ ਕੱਲ੍ਹ ਆਪਾਂ ਸਾਰਿਆਂ ਨੇ ਦੇਖੀ ਆ, ਇੱਥੋਂ ਤੱਕ ਕਿ ਜਿਹੜੇ ਉੜੀਆ ਦੇ ਸਥਾਨਕ ਲੋਕ ਹੈਗੇ ਆ ਨਾ, ਉੜੀਆ ਲੋਕ ਜਿਹੜੇ ਨੇੜੇ ਰਹਿਣ ਵਾਲੇ ਲੋਕ ਹੈਗੇ, ਉਹ ਸਾਰਾ ਕੁਛ ਦੱਸ ਰਿਹਾ ਵੀ ਹਾਂ ਇੱਥੇ ਗੁਰੂ ਨਾਨਕ ਸਾਹਿਬ ਸਾਡੇ ਦਾਦੇ ਪੜਦਾਦੇ ਸਾਨੂੰ ਵਿਰਾਸਤ ਤੋਂ ਇਹ ਗੱਲਾਂ ਮਿਲੀਆਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਇਹ ਸਥਾਨ ਹੈਗਾ ਬੌਲੀ ਸਾਹਿਬ। ਗੁਰੂ ਨਾਨਕ ਸਾਹਿਬ ਦਾ ਮਿੱਠਾ ਜਲ, ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੇ ਬੌਲੀ ਤਿਆਰ ਕਰਕੇ ਦਿੱਤੀ, ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਉਚਾਰਨ ਕੀਤਾ। ਤੁਸੀਂ ਮੈਂ ਕਹਿੰਦਾ ਉੜੀਆ ਦੇ ਲੋਕ ਐਡੇ ਵੱਡੇ ਸੱਚੇ ਨਾਨਕ ਸਾਹਿਬ ਨੂੰ ਸ਼ਰਧਾ ਭੇਟ ਕਰਨ ਵਾਲੇ ਲੋਕ, ਇੱਕ ਸ਼੍ਰੋਮਣੀ ਕਮੇਟੀ ਦਾ ਵਫ਼ਦ ਆਵੇ, ਜਾਂ ਤਾਂ ਉਹ ਇਹ ਕਹਿ ਸਕਦੇ ਵੀ ਜਾਣਕਾਰੀ ਤੋਂ ਆਉਣਾ, ਜੇ ਉਹ ਜਾਣਕਾਰੀ ਤੋਂ ਆਉਣਾ ਆਇਆ ਕਿਉਂ, ਅਤੇ ਜਾਂ ਫਿਰ ਕੋਈ ਜਿਹੜੀ ਹੈਗੀ ਆ ਉਹਨਾਂ ਦੇ ਪਿੱਛੇ ਕੋਈ ਸ਼ਕਤੀ ਕੰਮ ਕਰ ਰਹੀ ਹੈ। ਅਫਸੋਸ ਹੈ ਕੈਪਟਨ ਅਮਰਿੰਦਰ ਸਿੰਘ ਸਿਰਫ ਟਵੀਟ ਇੱਕ ਲੈਟਰ ਇੱਥੇ ਤੱਕ ਹੀ ਸੀਮਤ ਰਹੇ, ਉਹਨਾਂ ਵਾਸਤੇ ਤਾਂ ਕੋਈ ਕੰਮ ਹੀ ਵੱਡਾ ਨਹੀਂ ਹੈ। ਪਟਨਾਇਕ ਸਾਹਿਬ ਅਤੇ ਸ਼ਾਇਦ ਕੈਪਟਨ ਅਮਰਿੰਦਰ ਕਲਾਸਮੇਟ ਵੀ ਹੈਗੇ ਆ ਜੀ, ਵੈਸੇ ਵੀ ਹਮਰੁਤਬਾ ਨੇ ਮੁੱਖ ਮੰਤਰੀ ਨੇ, ਉਹਨਾਂ ਵਾਸਤੇ ਸਰਕਾਰ ਦਾ ਸਰਕਾਰ ਦੇ ਨਾਲ ਰਾਬਤਾ ਤਾਂ 2 ਮਿੰਟਾਂ ਦਾ ਅਸੀਂ ਹੁਣ ਪਿਛਲੇ 5-7 ਦਿਨਾਂ ਤੋਂ ਭਟਕਦੇ ਫਿਰਦੇ ਹਾਂ ਵੀ ਸਾਡੀ ਕੋਈ ਗੱਲ ਸੁਣ ਲਵੇ। ਚਲੋ ਇਹਨਾਂ ਨੇ ਸੁਣ ਲਈ, ਹੁਣ ਅਸੀਂ ਯਤਨ ਕਰਾਂਗੇ ਵੀ ਉਹ ਮੁੱਖ ਮੰਤਰੀ ਸਾਹਿਬ ਵੀ ਕਿਤੇ ਸਾਡੀ ਇਹ ਫਰਿਆਦ ਸੁਣ ਲੈਣ। ਸਾਡੀ ਨਹੀਂ, ਸਾਡੀ ਕੌਮ ਦੀ ਹੈ, ਦਰਦ ਆ ਕੌਮ ਦਾ। ਉੱਥੇ ਦੇਖਿਆ ਤੁਸੀਂ ਕੱਲ੍ਹ ਜਾ ਕੇ ਕਿੱਡਾ ਭਾਵਨਾਤਮਕ ਮਾਹੌਲ ਬਣ ਗਿਆ,